ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਮੈਂ ਤੁਹਾਡਾ ਜੈਨਿਬ ਤੇ ਤੁਸੀਂ ਦੇਖ ਰਹੇ ਹੋ ਜੇ ਵਲੌਗਸ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਜੀ ਉਹ ਬਹੁਤ ਹੀ ਜ਼ਿਆਦਾ ਖਾਸ ਅਤੇ ਸਪੈਸ਼ਲ ਹੈ ਤੁਹਾਡੇ ਸਾਰਿਆਂ ਵਾਸਤੇ ਜਿਵੇਂ ਕਿ ਤੁਹਾਨੂੰ ਆਪਾਂ ਦੱਸਿਆ ਸੀਗਾ ਅਤੇ ਪਲੈਨ ਵੀ ਕੀਤਾ ਸੀਗਾ ਹੈ ਨਾ ਕਿ ਆਪਾਂ ਜਲਦੀ ਜਿਹੜਾ ਨਵਾਂ ਵਲੌਗ ਆਊਗਾ ਉਹਦੇ 'ਚ ਸਰਪ੍ਰਾਈਜ਼ ਲੈ ਕੇ ਆਵਾਂਗੇ ਉਹ ਸਰਪ੍ਰਾਈਜ਼ ਕੀ ਸੀਗਾ ਹੈ ਨਾ ਆਪਾਂ ਕੈਮਰਾ ਲੈਣਾ ਸੀਗਾ ਹੈ ਨਾ ਅਤੇ ਬਾਕੀ ਤੁਸੀਂ ਕਮੈਂਟ ਸੈਕਸ਼ਨ 'ਚ ਦੱਸੋ ਕਿ ਸਰਪ੍ਰਾਈਜ਼ ਕੀ ਹੋ ਸਕਦਾ ਹੈ ਨਾ ਕੀ ਤਾਂ ਤੁਸੀਂ ਗੈਸ ਕਰੋ ਹੈ ਨਾ ਵੀਡੀਓ ਪੂਰੀ ਦੇਖੋਗੇ ਤਾਂ ਪਤਾ ਲੱਗ ਕੇ ਜਾਊਗਾ ਕਿ ਕੀ ਸਰਪ੍ਰਾਈਜ਼ ਸੀਗਾ ਹੈ ਨਾ ਆਪਾਂ ਪੂਰੇ ਵਧੀਆ ਤਰੀਕੇ ਨਾਲ ਦੱਸਾਂਗੇ ਤੁਹਾਨੂੰ ਕੀ ਚੀਜ਼ ਆਪਾਂ ਲਿੱਤੀ ਹੈ ਨਾ ਅਤੇ ਕੀ ਜ਼ਿਆਦਾ ਜ਼ਰੂਰੀ ਸੀਗਾ ਆਪਾਂ ਨੂੰ ਲੈਣਾ ਇਹ ਜਿਹੜਾ ਸਰਪ੍ਰਾਈਜ਼ ਹੈ ਮੇਨਲੀ ਮਤਲਬ ਮੇਰੇ ਵਾਸਤੇ ਤਾਂ ਹੈਗਾ ਹੀ ਮੇਰੇ ਵਾਸਤੇ ਵੀ ਹੈ ਕਿਉਂਕਿ ਮੈਂ ਇੱਕ ਕੈਮਰਾ ਲੈਣਾ ਸੀਗਾ ਅਤੇ ਮੈਂ ਪਾਪਾ ਨੂੰ ਫਾਦਰ ਸਾਹਿਬ ਨੂੰ ਮੈਂ ਮਤਲਬ ਦਰਖਾਸਤ ਲਾਈ ਮੈਂ ਕਿਹਾ ਡੈਡੀ ਕੈਮਰਾ ਲੈਣਾ ਅਤੇ ਮੈਂ ਕਿਹਾ ਰੁਪਈਏ ਚਾਹੀਦੇ ਆ ਅਤੇ ਡੈਡੀ ਕਹਿੰਦਾ ਕਿ ਬਈ ਕਿੰਨੇ ਕੁ ਦਾ ਆਊਗਾ ਤਾਂ ਮੈਂ ਦੱਸਿਆ ਕਿ ਇੰਨੇ ਇੰਨੇ ਦਾ ਆਊਗਾ ਕਿ ਵਧੀਆ ਕੈਮਰਾ ਲੈਣਾ 30-35 ਹਜ਼ਾਰ 40 ਹਜ਼ਾਰ ਹੈ ਨਾ ਇੰਨੇ ਕੁ ਦਾ ਆਊਗਾ ਵਧੀਆ ਅਤੇ ਫਾਦਰ ਸਾਹਿਬ ਕਹਿੰਦੇ ਕਿ ਬਈ ਰੁਕ ਜਾਓ ਦੇਖਦੇ ਹਾਂ ਚਲੋ ਠੀਕ ਹੈ ਹੈ ਨਾ ਚਲੋ ਫਾਦਰ ਸਾਹਿਬ ਵੀ ਲੈ ਕੇ ਦਿੰਦੇ ਜੋ ਵੀ ਲੈ ਕੇ ਦਿੰਦੇ ਆਪਾਂ ਨੂੰ ਅੱਗੇ ਵੀ ਅਤੇ ਫਾਦਰ ਸਾਹਿਬ ਦੀ ਮੰਨਣੀ ਵੀ ਚਾਹੀਦੀ ਹੈ ਅਤੇ ਉਹ ਕਹਿੰਦੇ ਕਿ ਖੜ੍ਹ ਜਾਓ ਹਜੇ ਅਤੇ ਮੈਂ ਮਤਲਬ 15-20 ਦਿਨ ਮਤਲਬ ਮਹੀਨੇ ਕੁ ਬਾਅਦ ਮੈਂ ਦੁਬਾਰੇ ਗੱਲ ਕੀਤੀ ਅਤੇ ਫਿਰ ਮੈਂ ਸੋਚ ਕੇ ਗੱਲ ਕੀਤੀ ਕਿ ਮੈਂ ਕੈਮਰਾ ਲਊਂਗਾ ਅੱਜ ਇੰਨੇ ਰੁਪਏ ਲਾਊਂਗਾ ਥੋੜ੍ਹਾ ਜਿਹਾ ਮਤਲਬ ਹਜੇ ਸਟਾਰਟਿੰਗ ਹੈ ਮੈਨੂੰ ਥੋੜ੍ਹਾ ਜਿਹਾ ਫੋਨ ਦੀ ਵੀ ਲੋੜ ਸੀਗੀ ਹੈ ਨਾ ਕਿਉਂਕਿ ਮੇਰੇ ਕੋਲ ਫੋਨ ਸੀਗਾ ਜਿਹਦੇ ਨਾਲ ਮੈਂ ਸ਼ੂਟ ਕਰਦਾ ਸੀਗਾ ਹੈ ਨਾ ਉਹ ਫੋਨ ਵੀ ਸੀਗਾ ਜਿਹੜਾ ਉਹ ਬਹੁਤ ਮੈਂ ਤੁਹਾਨੂੰ ਪਿਛਲੇ ਵਲੌਗ 'ਚ ਜਿਵੇਂ ਦੱਸਿਆ ਸੀਗਾ ਕਿ ਬਹੁਤ ਜ਼ਿਆਦਾ ਸੁਪੀਰੀਅਰ ਹੈ ਨਾ ਉਹਦੀ ਕੁਆਲਿਟੀ ਅਤੇ ਉਹ ਸੀਗਾ 6x ਵੀਡੀਓ ਅੱਛੀ ਨਹੀਂ ਬਣਦੀ ਸੀਗੀ ਹੈ ਨਾ ਅਤੇ ਤਾਂ ਕਰਕੇ ਆਪਾਂ ਉਹਨੂੰ ਵੀ ਮੈਂ ਸੋਚ ਰਿਹਾ ਸੀਗਾ ਮੱਦੇਨਜ਼ਰ ਰੱਖਦੇ ਹੋਏ ਕਿ ਆਪਾਂ ਫੋਨ ਤਾਂ ਲੈਣਾ ਹੀ ਲੈਣਾ ਅਤੇ ਫਿਰ ਮੈਂ ਗੱਲ ਗੁੱਲ ਕੀਤੀ ਸਾਰੀ ਹੈ ਨਾ ਘਰ ਵੀ ਗੱਲ ਕੀਤੀ ਜਿਵੇਂ ਅਤੇ ਫਿਰ ਫਾਦਰ ਸਾਹਿਬ ਕਹਿੰਦੇ ਕਿ ਚਲੋ ਦੇਖਦੇ ਹਾਂ ਮਤਲਬ ਮੈਂ ਫੋਨ ਦਾ ਕਹਿ ਤਾ ਕਰਿਆ ਕਿ ਮੈਂ ਫੋਨ ਲੈਣਾ ਮੈਂ ਬਈ ਦੀ ਸਰਚ ਕਰਨ ਲੱਗ ਪਿਆ ਅਤੇ ਫਿਰ ਲਾਸਟਲੀ ਗੱਲ ਕੀਤੀ ਕੱਲ੍ਹ ਪਰਸੋਂ ਅਤੇ ਫਾਦਰ ਸਾਹਿਬ ਕਹਿੰਦੇ ਕਿ ਚਲੋ ਠੀਕ ਹੈ ਲੈ ਲਓ ਅਤੇ ਫਿਰ ਆਪਾਂ ਡਿਸਾਈਡ ਕੀਤਾ ਕਿ ਲੈਣਾ ਕਿਹੜਾ ਹੈ ਨਾ ਅਤੇ ਫਿਰ ਡਿਸਾਈਡ 'ਚ ਪਹਿਲਾਂ ਮੇਰਾ ਮੂਡ ਸੀਗਾ ਕਿ 13 ਵੀ ਨਹੀਂ ਲਵਾਂ ਪਰ ਫਿਰ ਉਹ ਆਊਟ ਆਫ ਬਜਟ ਹੋ ਜਾਂਦਾ ਸੀਗਾ ਫਿਰ ਮੈਂ ਸੋਚਿਆ ਕਿ 12 ਲੈ ਲਈ ਫਿਰ 12 ਮਿੰਨੀ ਵੀ ਸੀਗਾ 12 ਮਿੰਨੀ ਤਾਂ ਸੀਗਾ ਕਿਉਂਕਿ ਉਹ ਇੱਕ ਹੈਂਡੀ ਸੈੱਟ ਹੈ ਨਾ ਯੂਜ਼ ਕਰਨ 'ਚ ਵਧੀਆ ਮਤਲਬ ਬਹੁਤ ਅੱਛੇ ਰਿਵਿਊਜ਼ ਆ ਮੈਂ ਉਹਦੇ ਦੇਖੇ ਹੈ ਨਾ ਯੂਟਿਊਬ 'ਤੇ ਵੀ ਬਹੁਤ ਰਿਵਿਊਜ਼ ਦੇਖੇ ਆ ਅਤੇ ਲੋਕਾਂ ਕੋਲ ਜਿਵੇਂ ਮਤਲਬ ਪ੍ਰੈਕਟੀਕਲ ਯੂਜ਼ 'ਚ ਵੀ ਦੇਖੇ ਨਾ ਕਈ ਮੇਰੇ ਫਰੈਂਡ ਹੈਗਾ ਇੱਕ ਸੈਂਡੀ ਅਤੇ ਉਹਦੇ ਕੋਲ ਵੀ ਹੈਗਾ ਅਤੇ ਮੈਂ ਕਿਹਾ ਯਾਰ ਕਿ ਮੈਨੂੰ ਜਿਹੜੀ ਚੀਜ਼ ਪਸੰਦ ਹੈ ਜਿਵੇਂ ਦਾ ਮਤਲਬ ਮੈਨੂੰ ਫੋਨ ਪਸੰਦ ਹੈ ਉਹ ਉਹੀ ਫੋਨ ਹੈ ਐਗਜੈਕਟ ਹੈ ਨਾ ਕਿ ਮੈਂ 12 ਮਿੰਨੀ ਦਾ ਹੀ ਸੋਚ ਰਿਹਾ ਸੀ ਜ਼ਿਆਦਾ ਮੈਂ ਸੋਚਿਆ ਕਿ ਕਿਹੜਾ ਲਈਏ ਮਤਲਬ ਬਹੁਤ ਜ਼ਿਆਦਾ ਕਨਫਿਊਜ਼ਨ ਹੋ ਗਈ ਸੀ ਫਿਰ ਲਾਸਟਲੀ ਫਿਰ ਮੈਂ ਇਹ ਫਾਈਨਲ ਕੀਤਾ ਕਿ ਮੈਂ 12 ਮਿੰਨੀ ਹੀ ਲਊਂਗਾ ਹੁਣ ਆਪਾਂ ਆਈਫੋਨ 12 ਮਿੰਨੀ ਪਰਚੇਜ਼ ਕਰਨਾ ਹੈ ਇਸ ਵੀਡੀਓ 'ਚ ਆਪਾਂ ਪੂਰੀ ਅਨਬੋਕਸਿੰਗ ਦਿਖਾਵਾਂਗੇ ਹੈ ਨਾ ਉਹਦੀ ਕਿ ਆਪਾਂ ਫੋਨ ਲਿੱਤਾ ਉਹ ਕਿਵੇਂ ਦਾ ਸੀਗਾ ਕਿ ਅਨਬੋਕਸਿੰਗ ਤਾਂ ਸਾਰੇ ਕਰਦੇ ਆਪਾਂ ਵੀ ਥੋੜ੍ਹੀ ਬਹੁਤ ਕਰ ਦਾਂਗੇ ਇੰਨੇ ਰੁਪਈਏ ਲਾਵਾਂਗੇ ਤਾਂ ਹੈ ਨਾ ਬਣਦੀ ਹੈ ਥੋੜ੍ਹੀ ਜਿਹੀ ਅਨਬੋਕਸਿੰਗ ਅਤੇ ਫੋਨ ਲੈਣ ਦਾ ਇਹ ਫਾਇਦਾ ਹੋ ਗਿਆ ਕਿ ਮੇਰਾ ਫੋਨ ਵੀ ਚੇਂਜ ਹੋ ਗਿਆ ਅਤੇ ਕੈਮਰੇ ਦਾ ਕੈਮਰਾ ਆ ਗਿਆ ਹੈ ਨਾ ਕਿ ਮਤਲਬ ਫੋਨ ਦੇ ਇਹ ਬੈਨੀਫਿਟ ਹੋ ਗਏ ਨਹੀਂ ਤਾਂ ਮੈਨੂੰ ਕੈਮਰਾ ਅਲੱਗ ਤੋਂ ਕੈਰੀ ਕਰਨਾ ਪੈਣਾ ਸੀਗਾ ਫੋਨ ਤਾਂ ਫੋਨ ਚਲੋ ਚਾਹੀਦਾ ਹੀ ਹੁੰਦਾ ਹੈ ਨਾ ਅਤੇ ਉਹ ਥੋੜ੍ਹਾ ਜ਼ਿਆਦਾ ਮਤਲਬ ਆਊਟਡੇਟਡ ਹੋ ਗਿਆ ਸੀਗਾ ਅਤੇ ਮੈਨੂੰ ਥੋੜ੍ਹਾ ਜਿਹਾ ਲੱਗਿਆ ਕਿ ਅਪਡੇਟ ਕਰਨਾ ਵੀ ਚਾਹੀਦਾ ਅਤੇ ਫਿਰ ਉਵੇਂ ਅਤੇ ਅੱਜ ਆਪਾਂ ਲੈਣ ਚੱਲੇ ਹਾਂ ਫੋਨ ਜੋ ਕਿ ਹੈ 12 ਮਿੰਨੀ ਠੀਕ ਹੈ ਜੀ ਆਹ ਹੈ ਸਰਪ੍ਰਾਈਜ਼ ਬਾਕੀ ਤੁਹਾਨੂੰ ਅਨਬੋਕਸਿੰਗ ਦੀ ਵੀਡੀਓ ਹੈ ਜਿਹੜੀ ਉਹ ਵੀ ਮੈਂ ਦਿਖਾ ਦੂੰਗਾ ਉਹ ਵੀ ਮੈਂ ਸ਼ੂਟ ਕਰੂੰਗਾ ਹੈ ਨਾ ਕਿਉਂਕਿ ਹਜੇ ਫੋਨ ਲੈ ਕੇ ਆਉਣਾ ਹੈ ਅਤੇ ਫੋਨ ਲੈ ਕੇ ਆਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਦਾ ਹੈ ਫੋਨ ਬੜੀ ਐਕਸਾਈਟਮੈਂਟ ਜਿਹੀ ਹੋਈ ਪਈ ਹੈ ਨਾ ਉਹੀ ਜਾਂਦੀ ਹੈ ਕਿ ਫੋਨ ਲੈਣਾ ਇਹ ਵੀ ਇਹੋ ਜਿਹਾ ਮਤਲਬ ਇੱਕ ਛੋਟਾ ਡੀਸੈਂਟ ਸਾਈਜ਼ ਫੋਨ ਅਤੇ ਉਹਦੇ 'ਚ ਮਤਲਬ ਫੀਚਰ ਤਕੜੇ ਅਤੇ ਐਪਲ ਤੁਹਾਨੂੰ ਪਤਾ ਹੀ ਹੈ ਫਿਰ ਫੇਮਸ ਹੈ ਆਪਦੀਆਂ ਚੀਜ਼ਾਂ ਵਾਸਤੇ ਅਤੇ ਚਲੋ ਦੱਸਾਂਗੇ ਨਾਲੇ ਕਿ ਕਿਹਦੇ ਤੋਂ ਲਿੱਤਾ ਅਤੇ ਕਿੰਨੇ ਦਾ ਲਿੱਤਾ ਹੈ ਇਹ ਮੈਂ ਥੋੜ੍ਹਾ ਡਿਸਕਲੋਜ਼ ਨਹੀਂ ਕਰਨਾ ਚਾਹੂੰਗਾ ਵੀਡੀਓ 'ਚ ਹੈ ਨਾ ਮੈਂ ਡਿਸਕ੍ਰਿਪਸ਼ਨ 'ਚ ਨੰਬਰ ਪਾ ਦੂੰਗਾ ਜਿਸ ਬੰਦੇ ਤੋਂ ਆਪਾਂ ਲਿੱਤਾ ਹੈ ਨਾ ਨਵਾਂ ਲਵਾਂਗੇ ਆਪਾਂ ਜਮਾਂ ਫਰੈਸ਼ ਡੱਬਾ ਪੈਕ ਅਤੇ
ਬੋਲ ਤਾਂ ਮੈਂ ਸ਼ਾਪ ਤੇ ਲਊਂਗਾ ਕਿਉਂਕਿ ਸਿਮ ਸੁਮ ਡਾਟਾ ਟੂਟਾ ਟ੍ਰਾਂਸਫਰ ਕਰੂੰਗਾ ਮੈਂ ਆਪਦਾ ਬਾਕੀ ਅਨਬੋਕਸਿੰਗ ਤਾਂ ਮੈਂ ਕਰਿਆ ਕੇ ਦਿਖਾ ਦੂੰ ਅਤੇ ਮੈਂ ਤਾਂ ਅਜੇ ਜਾਵਾਂਗੇ ਦੋਵੇਂ ਅਜੇ ਨੇ ਵੀ ਸੋਚਿਆ ਥੋੜ੍ਹਾ ਚੇਂਜ ਕਰਨ ਦਾ ਅਤੇ ਜੇ ਮੂਡ ਬਣਿਆ ਤਾਂ ਉਹਦਾ ਵੀ ਚੇਂਜ ਕਰਵਾ ਦਾਂਗੇ ਉਹਦੇ ਕੋਲ ਐਕਸ ਆਰ ਹੈ ਅਤੇ ਉਹ ਕਹਿੰਦਾ 11 ਲੈਣਾ 11 ਲੈਣਾ ਅਤੇ ਚਲੋ ਦੇਖਦੇ ਹਾਂ ਕੀ ਬਣਦਾ ਕੀ ਨਹੀਂ ਬਣਦਾ ਗਾ ਤੁਹਾਨੂੰ ਵੀ ਦਿਖਾਵਾਂਗੇ ਹੈ ਨਾ ਮਿਲਦੇ ਹਾਂ ਫਿਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਹਾਂਜੀ ਅਤੇ ਜਿਵੇਂ ਕਿ ਆਪਾਂ ਫੋਨ ਲਿਆਏ ਸੀਗੇ ਅਤੇ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਫੋਨ ਲੈ ਲਿਆ ਹੈ ਨਾ ਅਤੇ ਲਿੱਤਾ ਆਈਫੋਨ 12 ਮਿਨੀ ਹੈ ਆਹ ਦੇਖ ਲਓ ਜੀ ਅਤੇ ਮਾਲਕ ਦੀ ਕਿਰਪਾ ਅਤੇ ਨਾਲੇ ਕਰਦਿਆਂ ਦੀ ਕਿਰਪਾ ਨਾਲ ਆਪਾਂ ਲੈ ਲਿਆ ਪਹਿਲਾ ਗੈਜਟ ਆਪਣੇ ਵਲੋਗਿੰਗ ਵਾਸਤੇ ਵੀ ਨਾਲੇ ਮੇਰੇ ਪਰਸਨਲ ਯੂਜ਼ ਵਾਸਤੇ ਵੀ ਅਤੇ ਤੁਹਾਨੂੰ ਦਿਖਾਉਂਦੇ ਹਾਂ ਇਹਦੀ ਅਨਬੋਕਸਿੰਗ ਕਿ ਕਿਵੇਂ ਦਾ ਫੋਨ ਹੈ ਅਤੇ ਮੈਨੂੰ ਬਹੁਤ ਪਿਆਰਾ ਲੱਗਿਆ ਹੈ ਨਾ ਮੈਂ ਤਾਂ ਸੈਟਅਪ ਵਗੈਰਾ ਕਰ ਲਿਆ ਸੀਗਾ ਪਰ ਤੁਹਾਨੂੰ ਅਨਬੋਕਸਿੰਗ ਦਿਖਾਉਂਦੇ ਹਾਂ ਆਪਾਂ ਇਹਦੀ ਆ ਜਾਓ ਜੀ ਦੇਖੀਏ ਇਹਦੀ ਅਨਬੋਕਸਿੰਗ ਆਹ ਦੇਖੋ ਜੀ ਬੜਾ ਡੀਸੈਂਟ ਜਿਹਾ ਡੱਬਾ ਇਹਦਾ ਠੀਕ ਹੈ ਜੀ ਅਤੇ ਬੜਾ ਹੀ ਪਿਆਰਾ ਜਿਹਾ ਫੋਨ ਹੈ ਇਹਦੇ ਅੰਦਰ ਆਪਾਂ ਕਲਰ ਲਿੱਤਾ ਬਲੈਕ ਅਤੇ ਆਹ ਦੇਖ ਲਓ ਜੀ ਸਾਰਾ ਕੁਛ ਆਲ ਸਾਈਡ ਬਲੈਕ ਅਤੇ ਹੁਣ ਇਹਨੂੰ ਆਪਾਂ ਓਪਨ ਕਰ ਲੈਂਦੇ ਹਾਂ ਇਹ ਅਗਰ ਆਪਾਂ ਦੇਖੀਏ ਤਾਂ ਅੱਗੋਂ ਆ ਕੇਬਲ ਮੈਂ ਖੋਲ ਲਈ ਸੀਗੀ ਇਸ ਕਰਕੇ ਐਵੇਂ ਦੀ ਦੇਖੋ ਜੀ ਕਿੰਨਾ ਪਿਆਰਾ ਫੋਨ ਹੈ ਬਲੈਕ ਕਲਰ ਜਮਾਂ ਅਗਰ ਆਪਾਂ ਇਹਨੂੰ ਦੂਰ ਤੋਂ ਦੇਖਦੇ ਹਾਂ ਤਾਂ ਆਪਾਂ ਨੂੰ ਐਂ ਬਲਿਊ ਜਿਹੀ ਸ਼ੇਡ ਹੁੰਦੀ ਹੈ ਜਦੋਂ ਕੋਲੋਂ ਦੇਖਦੇ ਹਾਂ ਉਦੋਂ ਪਤਾ ਲੱਗਦਾ ਕਿ ਇਹ ਬਲੈਕ ਹੈ ਸ਼ਾਇਦ ਤੁਹਾਨੂੰ ਵੀ ਬਲਿਊ ਹੀ ਨਜ਼ਰ ਆ ਰਿਹਾ ਹੋਵੇ ਅਤੇ ਆਹ ਦੇਖੋ ਜੀ ਗਲਾਸ ਕਿੰਨਾ ਹੈ ਨਾ ਥੋੜ੍ਹਾ ਜਿਹਾ ਫਿੰਗਰ ਪ੍ਰਿੰਟ ਛੱਪ ਜਾਂਦੇ ਆ ਹੋਰ ਕੋਈ ਦਿੱਕਤ ਨਹੀਂ ਬਾਕੀ ਜਿਹੜਾ ਅੱਜ ਕੱਲ੍ਹ ਡੱਬਾ ਹੁੰਦਾ ਉਹਦੇ 'ਤੇ ਜਿਹੜਾ ਫੋਨ ਬਣਿਆ ਹੁੰਦਾ ਹੈ ਨਾ ਦੇਖੋ ਜੀ ਜਿਵੇਂ ਆਹ ਦੇਖੋ ਜਿਹੜਾ ਉੱਤੇ ਉਹਦੇ ਇਮੇਜ ਬਣੀ ਹੁੰਦੀ ਹੈ ਉਹਦੇ ਜਿੱਡਾ ਹੀ ਪੂਰਾ ਫੋਨ ਹੈ ਦੇਖ ਲਓ ਆਹ ਦੇਖ ਲਓ ਜਮਾਂ ਐਗਜੈਕਟ ਉਹੀ ਹੈ ਅਤੇ ਆਹ ਬੜੀ ਵਧੀਆ ਚੀਜ਼ ਹੈ ਕੀ ਪਤਾ ਕਿਸੇ ਨੇ ਨੋਟਿਸ ਕੀਤੀ ਹੋਵੇ ਨਾ ਕੀਤੀ ਹੋਵੇ ਹੈ ਨਾ ਅਤੇ ਇਹਨੂੰ ਆਪਾਂ ਪੀਲ ਅਪ ਕਰਦੇ ਹਾਂ ਆਹ ਕੰਮ ਮੈਨੂੰ ਕਰਨ 'ਚ ਬੜਾ ਵਧੀਆ ਲੱਗਦਾ ਅਤੇ ਆਹ ਹੈ ਜੀ ਵਾਇਰ ਤੁਹਾਨੂੰ ਪਤਾ ਹੀ ਹੈ ਜਿਹੜੇ ਆਈਫੋਨ ਯੂਜ਼ ਕਰਦੇ ਬਾਕੀ ਜੀ ਬਹੁਤ ਜ਼ਿਆਦਾ ਸੋਹਣਾ ਫੋਨ ਹੈ ਲਓ ਜੀ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਬੂਟ ਆਪਾਂ ਕਰ ਲਿਆ ਸੈਟਅਪ ਵੀ ਕਰ ਲਿਆ ਸੀਗਾ ਆਪਾਂ ਸ਼ੋਪ ਤੋਂ ਲਿਆਏ ਸੀਗੇ ਅਤੇ ਸ਼ੋਪ ਦਾ ਨਾਮ ਵੀ ਦੱਸਦੇ ਹਾਂ ਤੁਹਾਨੂੰ ਅਤੇ ਡਿਸਕ੍ਰਿਪਸ਼ਨ ਦੇ ਵਿੱਚ ਹੀ ਉਹਨਾਂ ਦੇ ਨੰਬਰ ਦੇ ਦੂੰਗਾ ਉਹਨਾਂ ਦਾ ਐਡਰੈਸ ਦੇ ਦੂੰਗਾ ਆਪਦਾ ਸ਼ੋਪ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਅਗਰ ਕੋਈ ਵੀ ਆਈਫੋਨ ਜਾਂ ਐਂਡਰੋਇਡ ਕੋਈ ਵੀ ਚੀਜ਼ ਪਰਚੇਸ ਕਰਨੀ ਹੈ ਕੋਈ ਵੀ ਸਮਾਰਟਫੋਨ ਲੈਪਟੋਪ ਫਰਿੱਜ ਟੀ ਵੀ ਐਨੀਥਿੰਗ ਇਲੈਕਟ੍ਰੋਨਿਕਸ 'ਚ ਹੈ ਨਾ ਅਤੇ ਉਹ ਤੁਹਾਨੂੰ ਪ੍ਰੋਵਾਈਡ ਕਰਵਾ ਦਿੰਦੇ ਹੈ ਈਵਨ ਔਨ EMIs ਹੈ ਨਾ EMIs ਵੀ ਉਹਦੀਆਂ ਹੋ ਜਾਂਦੀਆਂ ਅਗਰ ਕੋਈ EMIs 'ਤੇ ਲੈਣਾ ਚਾਹੇ ਬਟ ਆਪਾਂ ਕੈਸ਼ ਲਿੱਤਾ ਮਤਲਬ ਬਹੁਤ ਹੀ ਜ਼ਿਆਦਾ ਪਿਆਰਾ ਫੋਨ ਹੈ ਅਤੇ ਮੈਂ ਇਹਦਾ ਲੋਕ ਖੋਲ੍ਹ ਲਿਆ ਦੇਖੋ ਜੀ ਮਤਲਬ ਬੜਾ ਹੀ ਸਲੀਕ ਜਿਹਾ ਫੋਨ ਹੈ ਅਤੇ ਬੜੇ ਪਿਆਰਾ ਫੋਨ ਹੈ ਕੈਮਰਾ ਦਿਖਾ ਦਿੰਦੇ ਤੁਹਾਨੂੰ ਇਹਦਾ ਆਪਾਂ ਦੇਖੋ ਜੀ ਆਹ ਹੈ ਜੀ ਇਹਦਾ ਨੋਰਮਲ ਕੈਮਰਾ ਜਿਹੜਾ ਇਹਦਾ ਜਿਵੇਂ ਤੁਸੀਂ ਦੇਖ ਹੀ ਰਹੇ ਹੋਵੋਗੇ ਅਤੇ ਆਹ ਹੈਗਾ ਜੀ ਅਲਟਰਾ ਵਾਈਡ ਅਤੇ ਸ਼ੋਰਟਸ ਮੈਂ ਕਈ ਲਿੱਤੇ ਸੀਗੇ ਮੈਂ ਲੇਕਿਨ ਫੋਨ ਬਹੁਤ ਹੀ ਜ਼ਿਆਦਾ ਇੱਕ ਜਿਹੜਾ ਮੇਨ ਫੀਚਰ ਇਹਦੇ ਵਿੱਚ ਮੈਨੂੰ ਬਹੁਤ ਪਸੰਦ ਆਇਆ ਜਿਹੜਾ ਉਹ ਹੈ ਕਿ ਆਪਾਂ ਜਿਵੇਂ ਫੋਟੋ ਖਿੱਚਣੀ ਹੈ ਕਿਸੇ ਵੀ ਚੀਜ਼ ਦੀ ਆ ਕੋਈ ਵੀ ਚੀਜ਼ ਦੀ ਹੈ ਅਲਟਰਾ ਵਾਈਡ ਅਤੇ ਅਵਾਈਡ 'ਤੇ ਹੈ ਨਾ ਅਤੇ ਆਪਾਂ ਫੋਟੋ ਤੋਂ ਈਵਨ ਖਿੱਚ ਹੀ ਸਕਦੇ ਜਿਵੇਂ ਆ ਫੋਟੋ ਖਿੱਚ ਲਈ ਹੋਣੀ ਆ ਇਹਦੀ ਖਿੱਚਣੀ ਹੈ ਮੈਂ ਇਹਦੀ ਖਿੱਚਣੀ ਸੀਗੀ ਅਤੇ ਇਹਦੇ ਵਿੱਚ ਕੀ ਹੈ ਕਿ ਸਨੈਪਚੈਟ 'ਚ ਜਿਹੜਾ ਚੀਜ਼ ਹੁੰਦੀ ਹੈ ਜਿਵੇਂ ਆਪਾਂ ਕੈਮਰਾ ਨੂੰ ਲੌਕ ਕਰ ਸਕਦੇ ਸਟੋਰੀ ਬਣਾਉਂਦੇ ਹੋ ਹੈ ਨਾ ਅਤੇ ਇਹਦੇ 'ਚ ਆਪਾਂ ਫੋਟੋ ਵਾਲੇ 'ਚ ਹੀ ਵੀਡੀਓ ਰਿਕਾਰਡ ਕਰ ਸਕਦੇ ਹਾਂ ਹਾਂਜੀ ਤੁਹਾਨੂੰ ਇਹ ਚੀਜ਼ ਸਰਪ੍ਰਾਈਜ਼ ਲੱਗ ਰਹੀ ਹੋਊਗੀ ਲੇਕਿਨ ਆਹ ਦੇਖੋ ਮੈਂ ਤੁਹਾਨੂੰ ਕਰਕੇ ਦਿਖਾਉਂਦਾ ਆਹ ਦੇਖੋ ਜੀ ਵੀਡੀਓ ਰਿਕਾਰਡਿੰਗ ਸਟਾਰਟ ਹੋ ਗਈ ਉੱਤੇ ਦੇਖ ਲਓ ਟਾਈਮਰ ਸਟਾਰਟ ਹੋ ਗਿਆ ਆਹ ਦੇਖ ਲਓ ਫੋਟੋ ਵਾਲਾ ਸੀਗਾ ਇਹਦੇ ਵਿੱਚ ਠੀਕ ਹੈ ਜੀ ਅਗਰ ਤੁਸੀਂ ਇਹਨੂੰ ਟੈਪ ਕਰਕੇ ਬਣਾਓਗੇ ਅਤੇ ਟੈਪ ਕਰਕੇ ਨਹੀਂ ਤਾਂ ਤੁਸੀਂ ਇਹਨੂੰ ਲੌਕ ਕਰ ਸਕਦੇ ਹੋ ਸਕਰੀਨ ਨੂੰ ਇੱਧਰ ਆ ਜਾ ਕੇ ਲੌਕ ਹੋਊਗੀ ਠੀਕ ਹੈ ਜੀ ਇੱਧਰ ਆ ਵੀਡੀਓ ਬਣ ਰਹੀ ਆ ਦੇਖੋ 10 ਸੈਕਿੰਡ ਦੀ ਵੀਡੀਓ ਬਣ ਗਈ ਅਤੇ ਇਹਦੇ ਵਿੱਚ ਹੀ ਤੁਸੀਂ ਆਹ ਦੇਖੋ ਫੋਟੋ ਖਿੱਚ ਸਕਦੇ ਹੋ ਅਗਰ ਖਿੱਚਣਾ ਚਾਹੁੰਦਾ
ते इनू वापस स्लाइड करके इधर लियाओ ते यह दोबारा उही टैप एंड होल्ड वाला हो गया। अगर इन होल्ड करके रखोगे वीडियो फिर बनती रहेगी, अगर इत्थे करोगे तो भी बनती रहेगी, इन छड़ दोगे तो दोबारा वीडियो बंद हो जूगी बननी। तो आगा जी फोन देख लो जी, तो यह आप 128 GB वेरियंट लेता है, तो बड़ा ही प्यारा फोन है जी। अज व्लॉग आजूगा यदा, तो बाकी यार बहुत ही ज़्यादा प्यारा फोन है ना, मैनू मैं कहना लव इट। एक एक चीज़ मतलब बहुत प्यारी है यदि कवर लवेंगे ये वास्ते। तो जी मेनली चीज़ थोनू बाय करनी पैंती है जिदा मेन बड़ा खर्चा है थोड़ा, वो है आह दिस इज द मेन खर्चा है ना, जोड़ा आईफोन के पिछे करना ही पैंता अपन कि आप इन्ने रुपये ला रहे हैं तो घट्टो घट एक अडप्टर तो ला ही सकते हैं। फिर कि 2000 रुपये का है, वैसे अगर ऑनलाइन 1800-1700 रुपये का भी है, कित 1800 का किसी 1900 का, पर आप 2000 रुपये का लेता है। फास्ट चार्ज करता है भाई, जमें एप्पल रिकमेंड करता है ना, जमें एप्पल कहता है कि हाँ भाई इन्ने चर्च फास्ट चार्ज करूगा तो करता भी है ऑबवियस है। तो आगे जी अनबॉक्सिंग यदि, तो जेडे ये यूजर मैनुअल है वो तो थोनू सारे पता ही होगा, जमें कि देखो जी ये थोड़ा जहा एप्पल का स्टिकर है, जो जो पेपर आ रीसाइकल्ड पेपर है। तो बाकी यूजर मैनुअल हो गया, सिम इजैक्ट टूल हो गया, आही सब चीज़ा सीगिया जिहड़ियां सीगिया फोन दे विच। अजकल थोनू पता है एप्पल ने थोड़ा मतलब डिमांड ज़्यादा बढ़ गई है, एप्पल की 12 सीरीज सब तो ज़्यादा विकी सी इंडिया दे विच आईफोन की। तो बहुत ही प्यारा फोन है यार, मतलब मैनू लव इट यार। मैं कैसे दसा हूँ, मतलब अप टू डेट आप करके लैके आए थे जी शॉप तो लैके आए थे है ना, बाकी अप टू डेट फोन है जी, iOS 15 है। तो हाँ जी, तो आप वीडियो आप शूट कर रहे हैं अपने आईफोन 12 मिनी दे विच है ना, तो तुम आप डिफरेंस पता कर सकते हो कि मतलब वास्ट डिफरेंस है दोनों के कैमरा के बीच। ऑबवियस जी गल है क्योंकि वो एक चीप फोन है ना, थोड़ा कैमरा भी पहला वो 2-3 साल पहला का फोन है, बाकी आईफोन है इन्हें आईफोन ने भी बहुत ज़्यादा अपग्रेड किया है ना नाउडेज मार्केट के बीच। तो बाकी बहुत ज़्यादा वधिया फोन है, थोड़ा दस दिता जो मैं थोड़ा दसिया सी नवो फंक्शन, मतलब फोटो के विचों फिल्टर ला के आना, जमें भी तुम रिकॉर्ड करना चाहो या फोटो खिंचना चाहो तो रिकॉर्ड कर रहे हैं। तो बाई अल्टीमेट आवाज़ बहुत आ रही होगी, थोड़ी बहुत शोर भी बहुत ज़्यादा क्योंकि मेले का टाइम है, तो मेला है अपने इतने डाडा पम्मा राम का लगता है। तो देखो शायद वह भी व्लॉग बनाइए कि नहीं बनाते, बाकी सोचा तो है, बाकी 50-50 है, होर भी कई काम है करते वो भी निपटाने हैं, तो निपटा नुपटूब के सारा कुछ फिर देखते हैं, अगर टाइम लगे तो बना लाँगे। वैसे कल कोई कहता कल खत्म होना, कोई कहता परसों खत्म होना मेला, तो देखते हैं जो भी खत्म होया कोई दिक्कत नहीं। बाकी होर भी सरप्राइजेज आ रहे हैं बहुत ही जल्द है ना, तो मतलब सरप्राइज तो सरप्राइज लैके आने आप थोड़े, तो व्लॉग देखते रहो मेरे, तो एप्रीशिएट करते रहो, सपोर्ट करते रहो, क्योंकि थोड़ी सपोर्ट नहीं आप अगे वधना कि थैंक यू पेरेंट्स का, तो परमात्मा का वाहगुरु जी का जिन्होंने आपू इन्ना माण बख्शे तो आप फोन लिया है ना। तो बाकी तुम मेरे पहले वाले व्लॉग्स में भी बहुत प्यार दिता है, तो एवं अगे भी प्यार देंदे रहो। नवी वीडियोज़ वास्ते मेरे चैनल में कर लो सबसक्राइब, तो बैल कर लो प्रेस, तो थोनू पता ही है फिर जे इनू कर लोगे तो फिर यहोजियां होर भी बहुत वधिया वधिया वीडियोज़ आउंदियां रहणगियां। हुण आपां कैमरा क्वालिटी भी सुधार ली, इहदी ज़्यादा मेन प्रॉब्लम आ रही सीगी आपां नूं, ते जे अपने छोटे भरा ने भी फोन चेंज कर लिया जिवें मैं थोनू दस्सिया ही सीगा है ना, तो उन्हें ले लिया iPhone 11 वाइट कलर 64 GB, तो मतलब सैकेंड हैंड लिता वधिया रीजनेबल मिल गया आपां नूं, तो बहुत ही ज़्यादा साफ सैट, बहुत ही घट चलिया, मतलब बिल्कुल A1 एन मतलब शोरूम कंडीशन सी उस फोन की, तो बहुत ही ज़्यादा सोहना फोन है वो भी है ना। तो उन्होंने भी चाह से कि मैं लैना लैना, चलो उन्हें भी ले लिया आप भी ले लिया। यही फोन आप लेता है जी विजयनगर तो, जो कि अपने अनूपगढ़ तो, मैं अनूपगढ़ रहना, अनूपगढ़ तो है 25-30 किलोमीटर गाबा मोबाइल शॉप हैगी है सेंटर, गाबा मोबाइल सेंटर या गाबा मोबाइल शॉप आ रहा होगा स्क्रीन पर, तुसी उन्हां नूं कॉल करके पुछ सकते हो जो भी चीज़ थोनू चाहिए हो उस रिगार्डिंग। इलैक्ट्रॉनिक्स फोन लेना है, भावें
फोन च भी कोई भी मॉडल आईफोन च ते कोई भी मॉडल एंड्रॉयड च है ना जिहड़ा भी है EMI करवानी है कैश लेना है कुछ भी है तो डिस्क्रिप्शन दे विच भी उन्होंने नंबर पा दूंगा बाकी उन्होंने शॉप का एड्रैस पा दूंगा विजयनगर के गुरुद्वारे के सामने वाले रोड है जी वैसे मैं तुम्हें दस दिना तो बाकी डिस्क्रिप्शन भी होगा जो किसी ने लेना तो बहुत रीजनेबल रेट्स से है मार्केट तो बहुत रीजनेबल है क्योंकि मैं लैके आया तो मैं पता है तो तुम जाओ बाकी अपना नाम लै दो थोड़ा होर बाई डिस्काउंट कर देंगे थोनू है ना ये नाम है सौरभ गाबा डिमांड है थोड़ी डिमांड पूरी करेंगे कि कैवें तो लग्या फोन तुम दस्यो है ना मैं कमेंट सैक्शन तो नाले जे इतों तक वीडियो देखी है तो वीडियो में लाइक जरूर कर दौ चैनल तो सबसक्राइब करना ही करना है कुछ ही हो जाए तो शेयरिंग भी बहुत ज़्यादा करनी क्योंकि थोड़ी सपोर्ट की लड़ है आपू है ना तो आप हम खर्चे भी कर रहे हैं धीरे धीरे आप थोड़े गैजट्स लियावे जेडे जेडे आपू पाऊ बाकी जरूर दस्यो कि फोन कैवें लग्या तो मैनू तो आपू बहुत ही ज़्यादा वधिया लग्या फोन तो आप लियाए थे परसों लेकिन अपा वीडियो नहीं बना पाए तो जे बना ली सी फिर एडिट नहीं हुई थोड़ा जहा उन्होंने सैटअप कर भी लग गया फोन नाले थोड़ा जहा आप देखना सीगा कि आपू बैटरी वगैरह दिता है बैटरी बैकअप वधिया है ना कई कहें लैक करता कई कहें नहीं करता गा मैं तो कहना कि जे नहीं करता गा मैं 6S नाल वीडियो बना है ना जैसे थोड़ा दसिया मैं तो वो बहुत ज़्यादा बैटर है पता जमें फ्रैश ही लिता फोन तो हजे तक तो कोई भी यहोजी कोई लैग वाली कोई दिक्कत आई नहीं गी तो बाकी बहुत वधिया प्रोसैसर है बहुत वधिया फोन है तुसीं अनबॉक्सिंग देख ही लिया सारा कुछ आप दस ही दिता बाकी ये दस्यो कि थोनू कड़ा पसंद है ना एंड्रॉयड पसंद है या फिर आईफोन पसंद मिलते हैं जी यहोजी कोई वधिया जी वीडियो तो होर भी सरप्राइजेज बहुत है जल्दी तो जल्दी रिवील करांगे है ना आप जिन्ना जल्दी हो सके चलो मिलते हैं नेक्स्ट वीडियो एंड टेक केयर बाय बाय।